ਸਾਸ਼ੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ एमएचएस ਟੀਵੀ 'ਚ ਸਵਾਗਤ ਹੈ ਅੱਜ ਬਣਾਵਾਂਗੇ ਮલાઈ ਚਾਪ ਇਹਦੇ ਲਈ ਲਏ ਆ ਦੋ ਪੈਕ ਬਿਸਕੁਟਾਂ ਦੇ ਜਿਹਨੂੰ ਮਿਕਸੀ ਵਿੱਚ ਗ੍ਰाइंड ਕਰ ਲਿਆ ਅੱਧਾ ਚਮਚ ਲਵਾਂਗੇ ਪਾਊਡਰ 슈ਗਰ ਦਾ ਜਾਨਕੀ ਚੀਨੀ ਦਾ ਇਹ ਚੀਨੀ ਘਰ ਵਿੱਚ ਪੀਸ ਕੇ ਬਣਾਈ ਗਈ ਹੈ ਇਹਨਾਂ ਨੂੰ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਸ ਤੋਂ ਬਾਅਦ ਪਾਵਾਂਗੇ ਥੋੜਾ ਜਿਹਾ ਦੁੱਧ ਇਹਦੇ ਵਿੱਚ ਥੋੜਾ ਥੋੜਾ ਕਰਕੇ ਦੁੱਧ ਪਾਉਂਦੇ ਜਾਣਾ ਹੈ ਤੇ ਨਾਲੇ-ਨਾਲੇ ਇਹਨੂੰ ਗੁੰਨਦੇ ਜਾਣਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਗੁੰਨ ਕੇ ਇਹਦਾ ਇੱਕ ਡੋ ਬਣਾ ਲੈਣਾ ਤੇ ਨਾਲ ਦੀ ਨਾਲ ਆਪਾਂ ਥੋੜਾ ਥੋੜਾ ਦੁੱਧ ਪਾਈ ਜਾਵਾਂਗੇ ਇਹਦੇ ਵਿੱਚ ਜਿਹੜਾ ਕੋਸਾ ਦੁੱਧ ਲੈਣਾ ਆਪਾਂ ਨੇ ਗਰਮ ਕਰਕੇ ਫਿਰ ਠੰਡਾ ਕਰਨਾ ਹੈ ਤੇ ਫੇਰ ਥੋੜਾ ਜਿਹਾ ਕੋਸਾ-ਕੋਸਾ ਜਿਹਾ ਰੱਖਣਾ ਹੈ ਦੁੱਧ ਤੇ ਨਾਲ ਦੀ ਨਾਲ ਪਾਈ ਜਾਵਾਂਗੇ ਤੇ ਡੋ ਬਣਾ ਲਾਂਗੇ ਆਪਾਂ ਇਹ ਰੈਸਪੀ ਬਹੁਤ ਥੋੜੇ ਟਾਈਮ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜੇਕਰ ਤੁਹਾਡੇ ਘਰ 'ਚ ਕੋਈ ਮਹਿਮਾਨ ਆਉਂਦਾ ਹੈ ਤਾਂ ਤੁਸੀਂ ਇੱਕਦਮ ਬਣਾ ਕੇ ਉਹਨੂੰ ਖਿਲਾ ਸਕਦੇ ਆ ਜਿੱਦਾਂ ਆ ਪਾਟਾ ਗੁੰਨਦੇ ਆ ਉਦਾਂ ਗੁੰਨ ਕੇ ਡੋ ਤਿਆਰ ਕਰ ਲੈਣਾ ਚੰਗੀ ਤਰ੍ਹਾਂ ਗੁੰਨਣਾ ਹੈ ਤਾਂ ਕਿ ਇਹਦੇ ਵਿੱਚ ਕੋਈ ਗੱਠ ਨਾ ਰਹੇ ਡੋ ਤਿਆਰ ਹੈ ਬਣ ਕੇ ਹੁਣ ਲਈ ਆਪਰੇ 5 ਪੀਸ ਬਰੈਡਾਂ ਦੇ ਇਹਨਾਂ ਦੀਆਂ ਜਿਹੜੀਆਂ ਬਲੈਕ ਸਾਈਡ ਹੁੰਦੀ ਆ ਉਹ ਸਾਰੀਆਂ ਕੱਟ ਕੇ ਰਿਮੂਵ ਕਰਤੀਆਂ ਤੇ ਜਿਹੜੇ ਬਿਸਕੁਟਾਂ ਦਾ ਡੋ ਤਿਆਰ ਕਰਿਆ ਆਪਾਂ ਨੇ ਉਹਦੀਆਂ ਛੋਟੇ-ਛੋਟੀਆਂ ਗੋਲੀਆਂ ਬਣਾ ਲੈਣੀਆਂ ਜਿੱਦਾਂ ਆਪਾਂ ਰੋਟੀ ਦੇ ਪੇੜਾ ਬਣਾਉਣੇ ਉਤੇ ਬਿਲਕੁਲ ਛੋਟਾ ਜਿਹਾ ਪੇੜਾ ਬਣਾਉਣਾ ਸਾਰੇ ਪੇੜੇ ਬਣ ਕੇ ਇਕਦਮ ਤਿਆਰ ਕਰ ਲੈਣੇ ਚਲੋ ਜੀ ਸਾਰੇ ਪੇੜੇ ਕਰ ਲਾਂਗੇ ਤਿਆਰ ਪੇੜੇ ਤਿਆਰ ਹੋ ਗਏ ਤੇ ਹੁਣ ਇਹਨੂੰ ਬਿਲਕੁਲ ਵਿੱਚ ਦੇ ਪ੍ਰੈਸ ਕਰਕੇ ਜਿੱਦਾਂ ਰੋਟੀ ਦੀ ਲੋਈ ਬਣਾਉਂਦੇ ਆ ਉਦਾਂ ਬਣਾ ਲੈਣੀ ਤੇ ਇਹਦੇ ਵਿੱਚ ਕਰਾਂਗੇ ਫਿਲ ਡਰਾਈ ਫਰੂਟਸ ਤੁਸੀਂ ਆਪਣੇ ਪਸੰਦ ਦੇ ਕੋਈ ਵੀ ਡਰਾਈ ਫਰੂਟਸ ਲੈ ਸਕਦੇ ਆ ਤੇ ਇਹਨੂੰ ਦੁਆਰ ਤੋਂ ਕਰ ਦਾਂਗੇ ਬੰਦ ਆਪਾਂ ਤੇ ਇਹ ਦੁਦਾਂ ਹੀ ਫੇਰ ਗੋਲੀ ਬਣਾ ਲਾਂਗੇ ਜਿੱਦਾਂ ਦੀ ਪਹਿਲਾਂ ਆਪਾਂ ਨੇ ਗੋਲੀ ਬਣਾਈ ਹੋਈ ਥੀ ਸਾਰਿਆਂ ਨੂੰ ਆਪਾਂ ਨੇ ਉਦਾਂ ਹੀ ਬਣਾ ਕੇ ਤਿਆਰ ਕਰ ਲੈਣਾ ਇੱਕ ਵਾਰ ਫੇਰ ਸਮਝੋ ਜਿੱਦਾਂ ਆਪਾਂ ਆਲੂ ਵਾਲੀ ਰੋਟੀ ਬਣਾਉਨੇ ਆ ਉਦਾਂ ਸਟਫਿੰਗ ਕਰਾਂਗੇ ਪੇੜੇ ਦੇ ਵਿੱਚ ਤੇ ਹੁਣ ਲਵਾਂਗੇ ਬੈੱਡ ਦਾ ਸ্লাইਸ ਤੇ ਇਹਨੂੰ ਕਰਾਂਗੇ ਦੁੱਧ ਦੇ ਵਿੱਚ ਡਿਪ ਹਥੇਲੀਆਂ ਦੇ ਨਾਲ ਪ੍ਰੈਸ ਕਰ ਦਾਂਗੇ ਤੇ ਵਿੱਚ ਜਿਹੜਾ ਆਪਾਂ ਨੇ ਪੇੜੇ ਬਣਾਏ ਆ ਉਹ ਵਿੱਚ ਪਾ ਦਾਂਗੇ ਤੇ ਫਿਰ ਦਵਾਤੋਂ ਘੁੱਟ ਦਾਂਗੇ ਇਹਨੂੰ ਇਹ ਥੋੜਾ ਜਿਹਾ ਟੁੱਟ ਜਾਊਗਾ ਕਿਉਂਕਿ ਬ੍ਰੈਡ ਜਿਹੜੇ ਉਹ ਟੁੱਟਦੇ ਹੁੰਦੇ ਆ ਬਟ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜਦੋਂ ਆਪਾਂ ਇਹਨੂੰ ਹੱਥਾਂ ਨਾਲ ਘੁੱਟ ਦਾਂਗੇ ਤਾਂ ਇਹ ਬਿਲਕੁਲ ਠੀਕ ਹੋ ਜਾਊਗਾ ਇਸ ਤੋਂ ਬਾਅਦ ਥੋੜਾ ਜਿਹਾ ਆਪਾਂ ਰਮਾ ਕੇ ਸੁੱਕਾ ਦੁੱਧ ਦੋ ਚਮਚ ਮੈਂ ਸੁੱਕੇ ਦੁੱਧ ਤੇ ਲਈਆਂ ਇਹਦੇ ਵਿੱਚ ਆਪਾਂ ਦੋ ਚਮਚੀ ਨਾਰਮਲ ਦੁੱਧ ਦੇ ਲੈ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਥੇ ਜਿਹੜਾ ਮੈਂ ਗਾਂ ਦਾ ਦੁੱਧ ਲਿਆ ਤੁਸੀਂ ਮੱਝ ਦਾ ਵੀ ਲੈ ਸਕਦੇ ਆ ਦੁੱਧ ਫੁੱਲ ਫੈਟ ਕਰੀਮ ਲੈਣਾ ਜਿਹੜਾ ਕਿ گاੜਾ ਦੁੱਧ ਹੁੰਦਾ ਹੌਲੀ ਹੌਲੀ ਦੁੱਧ ਪਾ ਕੇ ਆਪਾਂ ਮਿਕਸ ਕਰਾਂਗੇ ਇਹਨੂੰ ਤੇ ਇਹਦਾ ਇੱਕ ਲਿਕੁਇਡ ਜਿਹਾ ਤਿਆਰ ਕਰ ਲਾਂਗੇ ਜਿੱਦਾਂ ਆਪਾਂ ਕਸਟਰਡ ਦਾ ਕਰਦੇ ਹੁੰਦੇ ਆਰ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਗੈਸ 'ਤੇ ਕਪਤਿਲਾ ਤਾਰ ਲਿਆ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਕਿਲੋ ਦੁੱਧ ਇਹ ਮੈਂ ਠੰਡਾ ਦੁੱਧ ਲਿਆ ਹੈ ਕੱਚਾ ਕਹਿੰਦੇ ਆ ਜਿਹਨੂੰ ਆਪਾਂ ਦੁੱਧ ਨੂੰ ਵਾਲੀ ਆਉਣ ਤੱਕ ਪਕਾਵਾਂਗੇ ਤੇ ਨਾਲ ਦੀ ਨਾਲ ਆਪਾਂ ਜਿਹੜੇ ਕੜਛੀ ਆ ਉਹਨੂੰ ਘਮਾਉਂਦੇ ਰਵਾਂਗੇ ਚੰਗੀ ਤਰ੍ਹਾਂ ਚਾਰੋਂ ਪਾਸੇ ਤੋਂ ਕੜਛੀ ਘੁਮਾ ਕੇ ਵਾਲੀ ਦਿਵਾਵਾਂਗੇ ਇਹਨੂੰ ਜਦੋਂ ਥੋੜੀ ਜਿਹੀ ਵਾਲੀ ਆ ਗਈ ਤਾਂ ਪਾਵਾਂਗੇ ਇਹਦੇ ਵਿੱਚ ਜਿਹੜਾ ਆਪਾਂ ਨੇ ਦੁੱਧ ਦਾ ਲਿਕਵਿਡ ਤਿਆਰ ਕਰਿਆ ਉਹ ਹੌਲੀ-ਹੌਲੀ ਹਿਲਾਉਂਦੇ ਰਵਾਂਗੇ ਥੋੜਾ ਜਿਹਾ ਗਰਮ ਦੁੱਧ ਪਾ ਕੇ ਆਪਾਂ ਦੂਜੇ ਦੁੱਧ ਵਿੱਚ ਜਿਹੜਾ ਕੌਲੀ ਨੂੰ ਲੱਗਿਆ ਵਾ ਦੁੱਧ ਸਾਰਾ ਉਤਾਰ ਕੇ ਵਿੱਚ ਪਾ ਦਾਂਗੇ ਤਾਂ ਕਿ ਜਿਹੜਾ ਆਪਣਾ ਸੁੱਕੇ ਦੁੱਧ ਦਾ ਪੇਸਟ ਉਹ ਵੇਸਟਰਨ ਜਾਵੇ ਤੇ ਸਾਈਡਾਂ ਤੇ ਜਿਹੜਾ ਦੁੱਧ ਲੱਗ ਜਾਂਦਾ ਕੌਲੀ ਤੇ ਉਹ ਵੀ ਉਤਰ ਜਵੇ ਦੇਖੋ ਪੂਰੀ ਜੋਨਾ ਸ਼ੋਰਨ ਵਾਲੀ ਆ ਰਹੀ ਹੈ ਤੇ ਹੁਣ ਪਾਵਾਂਗੇ ਥੋੜਾ ਜਿਹਾ ਕੇਸਰ ਇਹ ਬਿਲਕੁਲ ਆਪਸ਼ਨਲ ਹੈ ਬਟ ਜੇ ਤੁਸੀਂ ਇਹਨੂੰ ਪਾਵਾਂਗੇ ਤਾਂ ਇਹਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਊਗਾ ਜੇ ਤੁਹਾਡੇ ਕੋਲ ਕੇਸਰ ਨਹੀਂ ਹੈਗਾ ਤਾਂ ਤੁਸੀਂ ਇਲਾਇਚੀ ਪਾਊਡਰ ਵੀ ਪਾ ਸਕਦੇ ਆ ਬਟ ਜੇ ਤੁਸੀਂ ਐਨ ਮਾਰਕੀਟ ਵਾਲੀ ਮਲਾਈ ਚਾਪ ਦਾ ਟੇਸਟ ਲੈਣਾ ਚਾਹੁੰਦੇ ਆ ਤਾਂ ਕੇਸਰ ਜ਼ਰੂਰ ਪਾਓ ਸਵਾਦ ਅਨੁਸਾਰ ਪਾਵਾਂਗੇ ਆਪਾਂ ਚੀਨੀ ਇਹਦੇ ਵਿੱਚ ਸਿਰਫ 2-3 ਚਮਚ ਚੀਨੀ ਪਾਵਾਂਗੇ ਕਿਉਂਕਿ ਆਪਾਂ ਨੇ ਜਿਹੜਾ ਬਿਸਕੁਟਾਂ ਦਾ ਡੋ ਬਣਾਇਆ ਸੀ ਉਹਦੇ ਵਿੱਚ ਵੀ ਆਲਰੇਡੀ ਚੀਨੀ ਹੈਗੀ ਦੀ ਤੇ ਥੋੜੀ ਜੀ ਆਪਾਂ ਨੇ ਪਾ ਵੀ ਲਈ ਥੋੜੀ ਜੀ ਆਪਾਂ ਨੇ ਪਾ ਵੀ ਲਈ ਹੁਣ ਪਾਵਾਂਗੇ ਅੱਧੀ ਕੌਲੀ ਨਾਰੀਅਲ ਦੇ ਬਰਾਦੇ ਦੀ ਨਾਰੀਅਲ ਦਾ ਬਰਾਦਾ ਪਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਹਦੇ ਵਿੱਚ ਇਹਦੇ ਨਾਲ ਜਿਹੜਾ ਆਪਣਾ ਦੁੱਧ ਇਹ ਉਗਾੜਾ ਹੋ ਜਾਂਦਾ ਹੈ ਤੇ ਬਹੁਤ ਜ਼ਿਆਦਾ ਵਧੀਆ ਫਲੇਵਰ ਦਊਗਾ ਚੰਗੀ ਤਰ੍ਹਾਂ ਹਲਾ ਹਲਾ ਕੇ ਚਾਰੇ ਪਾਸੇ ਤੋਂ ਆਪਾਂ ਰੀਨਾ ਕੇ ਦੁੱਧ ਨੂੰ ਆਪਾਂ ਨੇ ਦੁੱਧ ਨੂੰ ਉਦੋਂ ਤੱਕ ਬਾਅਲਾ ਲੈਣਾ ਜਦੋਂ ਤੱਕ ਅੱਧਾ ਨਾ ਰੈਜ ਜਾਵੇ ਇਹ ਜਣ ਕਿ ਬਿਲਕੁਲ ਸੰਗਣਾ ਹੋ ਜਾਵੇ ਦੇਖੋ ਪ੍ਰੋਪਰ ਵਾਲੀ ਆ ਰਹੀ ਹੈ ਐਨ ਇਹਨੂੰ ਆਪਾਂ ਇੱਕ ਟ੍ਰੇ ਦੇ ਵਿੱਚ ਜਿਹੜੇ ਆਪਾਂ ਨੇ ਬ੍ਰੈਡਾਂ ਦੇ ਜਿਹੜੇ ਪੇੜੇ ਬਣਾਏ ਸੀ ਉਹਨਾਂ ਨੂੰ ਕੱਲੇ-ਕੱਲੇ ਕਰਕੇ ਰੱਖ ਦਾਂਗੇ ਤੁਸੀਂ ਕੋਈ ਵੀ ਬਰਤਨ ਲੈ ਸਕਦੇ ਆ ਜਿਹੜਾ ਵੀ ਤੁਹਾਡੇ ਘਰ ਵਿੱਚ ਹੋਵੇ ਜ਼ਰੂਰੀ ਨਹੀਂ ਵੀ ਤੁਹਾਨੂੰ ਟ੍ਰੇ ਹੀ ਚਾਹੀਦੀ ਹੈ ਵੀ ਜਿਹਦੇ ਵਿੱਚ ਚੰਗੀ ਤਰ੍ਹਾਂ ਡਿਪ ਹੋ ਜਾਣ ਇਹ ਉਦਾਂ ਦੀ ਚੀਜ਼ ਲੈਣੀ ਆ ਤੇ ਹੁਣ ਪਾਵਾਂਗੇ ਉਤੋਂ ਆਪਾਂ ਜਿਹੜੀ ਆਪਾਂ ਨੇ ਬਣਾਈ ਐ ਦੁੱਧ ਦੀ ਰੇਵੜੀ ਚੰਗੇ ਤਰ੍ਹਾਂ ਚਾਰੇ ਜਿਹੜੇ ਪੰਜੇ ਆਪਣੇ ਬ੍ਰੈਡ ਦੇ ਰੋਲ ਆ ਉਹਨਾਂ ਤੇ ਪਾਵਾਂਗੇ ਆਪਾਂ ਪਹਿਲਾਂ ਪਹਿਲਾਂ ਪਾਵਾਂਗੇ ਆਪਾਂ ਘਰਸ਼ੀ ਦੀ ਸੈਤ ਨਾਲ ਤਾਂ ਕਿ ਇਹ ਚੰਗੇ ਤਰ੍ਹਾਂ ਜਿਹੜੇ ਡਿਪ ਹੋ ਜਾਣ ਤੇ ਉਸ ਤੋਂ ਬਾਅਦ ਆਪਾਂ ਸਾਰਾ ਇਕੋ ਲਖਤ ਪਾ ਦਾਂਗੇ ਚੰਗੀ ਤਰ੍ਹਾਂ ਡਿੱਪ ਹੋ ਗਏ ਇਹ ਆਪਣੇ ਹੁਣ ਪਾਵਾਂਗੇ ਸਾਰਾ ਆਪਾਂ ਜਿਹੜੀ ਰੇਬੜੀ ਬਣਾਈ ਹੈ ਉਹ ਇਹ ਦੇਖਣ ਨੂੰ ਥੋੜੀ ਜਿਹੀ ਹਲਕੀ ਗਾੜ੍ਹੀ ਲੱਗ ਰਹੀ ਆ ਬਟ ਜਦੋਂ ਇਹਨੇ ਠੰਡੀ ਹੋ ਜਾਣਾ ਫਿਰ ਬਹੁਤ ਜ਼ਿਆਦਾ ਗਾੜ੍ਹੀ ਹੋ ਜਾਣਾ ਤੇ ਉੱਤੋਂ ਪਾਵਾਂਗੇ ਆਪਾਂ ਡਰਾਈ ਫਰੂਟਸ ਇਹਦੇ ਵਿੱਚ ਪਾਈ ਹੈ ਮੈਂ ਚੈਰੀ ਤੁਸੀਂ ਆਪਣੇ ਮਨਪਸੰਦ ਨਾਲ ਕੋਈ ਵੀ ਡਰਾਈ ਫਰੂਟਸ ਲੈ ਸਕਦੇ ਆ ਕਾਜੂ ਬਦਾਮ ਦਾ ਪਾਵਾਂਗੇ ਚੂਰਾ ਆਪਾਂ ਉਸੇ ਕਰੋੜ ਪੀਸਾਂ ਜੀਰ ਕੁਝ ਵੀ ਪਾ ਸਕਦੇ ਆ ਜਿਹੜਾ ਤੁਹਾਡੇ ਘਰ ਵਿੱਚ ਹੋਵੇ ਇਹ ਸਾਰਾ ਕੁਸਪੌਨ ਤੋਂ ਬਾਅਦ ਇਹਨੂੰ ਠੰਡਾ ਹੋਣ ਲਈ 1 ਘੰਟੇ ਲਈ ਰੱਖ ਦਾਂਗੇ ਫ੍ਰਿਜ ਦੇ ਵਿੱਚ ਤਾਂ ਕਿ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਥੈਂਕ ਯੂ